पिछले कुछ महीने तो आप सारे देखते रहे हैं कि पूरी दुनिया के और साढ़े देश और साढ़े पंजाब करोना ने की मुसीबत खड़ी कर दी। कल शाम तक 448 तो साड़ी करोना की मौत हुई ने, कल दिन 19 मौत हुई सियाँ। तो ये होंदे होंदे एक पास तो इधर सारा पंजाब का जोर लग्या हुआ है इस संभालन वास्ते, और दूजे पास कुछ ऐसे जे गैर कानूनी लोग लोग जिन्हों कोई सोच नहीं कोई समझ नहीं, और जिहड़े समझते हैं कि असी जो मर्जी करिए साडा काम ठीक रहेगा और असी पैसे बनावांगे, और उन्होंने ये खराब शराब बेच के 111 साड़ियां मौतां हुई ने इत्थे पंजाब दे विच। उहदे करके पूरी पुलिस नूं और पूरी एक्साइज डिपार्टमेंट नूं हुण मैं इस काम ते लाया होया कि मैं चाहुंदा कि अगले दो दिन च काम खत्म करिए, सारयां नूं फड़ो जिन्हां नूं फड़ना, और उन्हां नूं सख्त तो सख्त असी इहदे ते कदम चक्कांगे ताकि इन्हां दी अगे वास्ते कोई होर अहिजा कदम ना चक सके, समझे कि असी की करन लगे हैं। और यह जी गल चाहे दुनिया दे विच किते होए होए, कोई असाम दे विच होई होए, कोई गुजरात विच होई होए, कोई होर सूबियां दे विच होई होए, पंजाब दे विच मैं यह गल होण नहीं देनी। और वाहिगुरू करे सानू वाहिगुरू ताकत बख्शन कि यह जिहड़े माड़े बंदे ने इन्हां नूं असी कानून दे सामने लियाईए और इन्हां नूं अंदर करिए। ये जिहड़ा कुछ किया इन्हां ने ਇਹ ਜਿਹੜੀ ਮੌਤਾਂ ਹੋਈਆਂ ਨੇ ਇੱਕ ਕਿਸਮ ਦਾ ਖੂਨ ਹੋਇਆ। ਇਹ ਜਿਹੜੀ ਤੁਸੀਂ ਜਾਣਦੇ ਹੋਏ ਕਿ ਜਿਹੜੀ ਇਹ ਸ਼ਰਾਬ ਅਸੀਂ ਵੇਚ ਰਹੇ ਹਾਂ ਖਰਾਬ ਹੈ ਔਰ ਇਹਦੇ ਨਾਲ ਬੰਦੇ ਮਰਨਗੇ, ਔਰ ਤੁਸੀਂ ਉਹਦੇ ਬਾਵਜੂਦ ਤੁਸੀਂ ਇਹ ਚੀਜ਼ਾਂ ਵੇਚ ਰਹੇ ਹੋ, ਦਿਸ ਇਜ਼ ਅਮਾਊਂਟਿੰਗ ਟੂ ਮਰਡਰ। ਐਂਡ ਇਹਦਾ ਕਦਮ ਅਸੀਂ ਪੂਰਾ ਚੱਕਾਂਗੇ ਸਖਤੀ ਨਾਲ। ਸਾਰੀ ਪੁਲਿਸ ਫੋਰਸ ਸਾਰੀ ਐਕਸਾਈਜ਼ ਫੋਰਸ ਅੱਜ ਲੱਗੀ ਹੋਈ ਹੈ ਇਹਨਾਂ ਨੂੰ ਪਕੜਨ ਨੂੰ। ਬਹੁਤ ਲੋਕ ਅਸੀਂ ਪਕੜ ਲਏ, ਹੋਰ ਅਸੀਂ ਪਕੜਾਂਗੇ, ਇੱਕ ਬੰਦਾ ਨਹੀਂ ਛੱਡਾਂਗੇ। ਚਾਹੇ ਉਹ ਕੋਈ ਵੱਡਾ ਬੰਦਾ ਹੋਏ ਪੰਜਾਬ 'ਚ, ਕੋਈ ਕਿਸੇ ਮਹਿਕਮੇ ਨਾਲ ਸਾਡੇ ਸਰਕਾਰੀ ਮਹਿਕਮੇ ਦੇ ਨਾਲ ਸੰਬੰਧਿਤ ਹੋਏ, ਕੋਈ ਸਾਡੇ ਸਿਆਸਤਦਾਨ ਹੋਣ, ਜੋ ਵੀ ਹੋਣ, ਉਹਨਾਂ ਦੇ ਨਾਲ ਅਸੀਂ ਬੜੀ ਕੜੀ ਤਰੀਕੇ ਨਾਲ ਅਸੀਂ ਉਹਨਾਂ ਦੇ ਨਾਲ ਅਸੀਂ ਸਾਹਮਣਾ ਕਰਾਂਗੇ। ਤੋ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਮੈਨੂੰ ਅਫਸੋਸ ਤਾਂ ਹੈ ਹੀ ਸਾਰੇ ਪਰਿਵਾਰਾਂ ਨਾਲ ਜਿਨ੍ਹਾਂ ਨੇ ਆਪਣੇ ਜੀ ਖੋਏ ਨੇ ਇਹਦੇ ਵਿੱਚ। ਉਹ ਸਾਡੇ ਬੱਚੇ ਨੇ, ਸਾਰੇ ਪੰਜਾਬੀ ਸਾਡੇ ਨੇ। ਇੱਕ ਪਾਸੇ ਕਰੋਨਾ ਦੀ ਮਾਰ ਹੋ ਰਹੀ ਹੈ, ਇੱਕ ਪਾਸੇ ਇਹ ਬਦਮਾਸ਼ਾਂ ਨੇ ਗੱਲ ਕੀਤੀ ਹੈ। ਪਰ ਮੈਂ ਤੁਹਾਨੂੰ ਦੱਸਣਾ, ਕਰੋਨਾ ਤਾਂ ਹੁਣ ਸਾਡੇ ਹੱਥ ਤੋਂ ਬਾਹਰ ਹੈ, ਜੋ ਅਸੀਂ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ। ਇਹ ਸਾਰੀ ਦੁਨੀਆ 'ਚ ਫੈਲਿਆ ਹੋਇਆ, ਸਾਰੇ ਦੇਸ਼ ਫੈਲਿਆ ਹੋਇਆ, ਔਰ ਅਸੀਂ ਬਹੁਤ ਕੰਟਰੋਲ ਕਰ ਬੈਠੇ ਹਾਂ। ਲੇਕਿਨ ਆਹ ਜਿਹੜਾ ਕੰਮ ਹੈ ਨਾ, ਜਿੱਥੇ ਤੁਸੀਂ ਜਾਣਦੇ ਹੋਏ ਕਿ ਲੋਕ ਮਰਨਗੇ ਇਹਦੇ ਨਾਲ, ਇਹ ਬਿਲਕੁਲ ਇੱਕ ਖੂਨ ਹੈ ਇੱਕ ਕਿਸਮ ਦਾ। ਔਰ ਮੈਂ ਇਹਦਾ ਬਿਲਕੁਲ ਤਗੜੇ ਤਰੀਕੇ ਨਾਲ ਇਹਦਾ ਸਾਹਮਣਾ ਕਰੂੰਗਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਤਾਈਂ ਸਾਡੀ ਸਰਕਾਰ ਹੈ ਇਹਨਾਂ ਨੂੰ ਸਾਫ਼ ਕਰਕੇ ਇਸ ਇਹ ਲਿਕਰ ਮਾਫੀਆ ਨੂੰ ਖਤਮ ਕਰਕੇ ਛੱਡਾਂਗੇ ਅਸੀਂ।